ਅੱਗੇ ਵਧਦੇ ਹਾਂ। ਚੋਣ ਕਮਿਸ਼ਨ ਦੇ ਨਾਲ ਕਿਸਾਨ ਆਗੂਆਂ ਨੇ ਕੀਤੀ ਹੈ ਮੁਲਾਕਾਤ। ਕਿਸਾਨਾਂ ਦੀ ਚੋਣ ਕਮਿਸ਼ਨ ਤੋਂ ਮੰਗ, ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਜਨਤਕ ਮੁੱਦਿਆਂ ਤੇ ਸਵਾਲ ਪੁੱਛਣ ਦੇ ਅਧਿਕਾਰ ਦੀ ਰਾਖੀ ਦੀ ਮੰਗ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ। ਚੋਣ ਕਮਿਸ਼ਨ ਦੇ ਨਾਲ ਕਿਸਾਨ ਆਗੂਆਂ ਨੇ ਮੁਲਾਕਾਤ ਕੀਤੀ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਖਿਲਾਫ ਪੁਲਿਸ ਐਕਸ਼ਨ ਦਾ ਵਿਰੋਧ ਹੋਇਆ। ਸੋ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਵਫਦ ਉਹਨਾਂ ਨੂੰ ਮਿਲਿਆ। ਸੋ ਕਿਸਾਨਾਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਸੌਂਪਿਆ ਮੰਗ ਪੱਤਰ। ਉਹਨਾਂ ਦੇ ਖਿਲਾਫ ਪੁਲਿਸ ਸੈਕਸ਼ਨ ਦਾ ਵਿਰੋਧ। ਚੋਣ ਕਮਿਸ਼ਨ ਦੇ ਨਾਲ ਕਿਸਾਨ ਆਗੂਆਂ ਨੇ ਮੁਲਾਕਾਤ ਕੀਤੀ ਹੈ, ਮੰਗ ਪੱਤਰ ਸੌਂਪਿਆ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਖਿਲਾਫ ਪੁਲਿਸ ਸੈਕਸ਼ਨ ਦਾ ਵਿਰੋਧ ਕੀਤਾ ਗਿਆ। ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਮਿਲਿਆ ਇਹ ਵਫਦ। ਵੀ ਸਾਨੂੰ ਇਹ ਦੱਸਿਆ ਜੇ ਸੰਵਿਧਾਨ ਵਿੱਚ ਪੀਸਫੁਲ ਪ੍ਰੋਟੈਸਟ ਮੇਰਾ ਅਧਿਕਾਰ ਹੈ, ਨੈਸ਼ਨਲ ਹਾਈਵੇ ਤੇ ਜਾਣਾ ਪੀਸਫੁਲੀ ਮੇਰਾ ਅਧਿਕਾਰ ਹੈ ਜੇ ਮੈਂ ਕਿਸੇ ਨੂੰ ਉਡੀਕਾ ਨਾ ਡਾਂ, ਦਿੱਲੀ ਮੇਰੀ ਰਾਜਧਾਨੀ ਹੈ ਉੱਥੇ ਜਾਣਾ ਮੇਰਾ ਅਧਿਕਾਰ ਹੈ, ਜੇ ਮੈਂ ਕਾਨੂੰਨ ਤੋੜਾਂ ਤਾਂ ਮੈਨੂੰ ਅਰੈਸਟ ਕਰ ਲੈ ਪੁਲਿਸ। ਤੇ ਇਹ ਕਿਹਨੇ ਅਧਿਕਾਰ ਦਿੱਤਾ? ਜੇ ਸਾਡੇ ਤੇ ਤਾਂ ਨੈਸ਼ਨਲ ਹਾਈਵੇ ਬਲੋਕ ਕਰੀਏ ਤਾਂ ਪਰਚਾ ਦਰਜ ਹੋ ਜਾਂਦਾ, ਤੇ ਤੁਸੀਂ ਇਹਦੀ ਜਾਂਚ ਕਰਾਓ। ਵੀ ਇੱਕ ਹਫਤਾ ਪਹਿਲਾਂ ਹੀ 13 ਤਰੀਕ ਸਾਡੇ ਉਹਨਾਂ ਸਾਥੀਆਂ ਨੇ ਅਨਾਊਂਸ ਕੀਤਾ ਸੀ ਵੀ ਅਸੀਂ ਦਿੱਲੀ ਜਾਣਾ, ਸਾਰੇ ਟੀਵੀ ਚੈਨਲਾਂ ਦੀ ਕਿਸੇ ਦੀ ਫੁਟੇਜ ਮੰਗਵਾ ਕੇ ਦੇਖ ਲਓ, ਇੱਕ ਹਫਤਾ ਪਹਿਲਾਂ ਉਹਨਾਂ ਨੇ ਬੈਰੀਕੇਡ ਲਾਉਣੇ ਸ਼ੁਰੂ ਕਰਤੇ, ਉਹਨਾਂ ਨੇ ਕਿੱਲ ਕੱਢਤੇ, ਤੇ ਹੁਣ ਜੇ ਉਹ ਕਹਿੰਦੇ ਨੇ ਵੀ ਅਸੀਂ ਜੋ ਮਰਜ਼ੀ ਕਰੀਏ, ਅਨਡੈਮੋਕ੍ਰੈਟਿਕ ਕੰਮ ਕਰੀਏ, ਇਲੀਗਲ ਕੰਮ ਕਰੀਏ, ਸਾਡੇ ਤੇ ਕੋਈ ਸਵਾਲ ਨਾ ਕਰੇ, ਇਹ ਸੰਭਵ ਨਹੀਂ। ਅਸੀਂ ਸਵਾਲ ਕਰਨੇ ਹੈ, ਸਾਡਾ ਅਧਿਕਾਰ ਹੈ। ਹਾਂ, ਪੀਸਫੁਲ ਰਹਾਂਗੇ, ਵਾਇਲੈਂਟ ਨਹੀਂ ਹੁੰਦੇ, ਕਿਸੇ ਨੂੰ ਮਾਰਦੇ ਕੁੱਟਦੇ ਨਹੀਂ। ਇਹ ਉਹਨਾਂ ਨੂੰ ਦੇਖੋ ਵੀ ਉਹਨਾਂ ਦੇ ਨਾਲ ਜਿਹੜਾ ਐਲੀਮੈਂਟ ਉਹ ਕਿਹਾ ਜਾ, ਉਹ ਗੜਬੜ ਨਾ ਕਰੇ, ਸਾਡੇ ਵੱਲੋਂ ਕੋਈ ਗੜਬੜ ਨਹੀਂ ਹੋਈ। ਕੱਲਾ ਬੀਜੇਪੀ ਨਹੀਂ, ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਵੀ ਅਸੀਂ ਆਯੋਗ ਕੋ ਕਹਾ ਕਿ ਜੋ ਆਪਕੋ ਵੋ ਕਹਿ ਕੇ ਗਏ ਹੈ ਵੋ ਠੀਕ ਨਹੀਂ ਕਹਿ ਕੇ ਗਏ, ਐਸੀ ਤਸਵੀਰ ਪੇਂਟ ਕਰਕੇ ਗਏ ਹੈ ਜੈਸੇ ਕਿਸਾਨ ਖਰੂਦੀ ਹੈ, ਖਰੂਦੀ ਵੋ ਖੁਦ ਹੈ, ਔਰ ਵੋ ਅਸਲ ਮੇਂ ਉਨਕਾ ਸੁਭਾਅ ਨਹੀਂ ਹੈ। ਲੋਕੋ ਪਹਿਲੇ ਜਿਤਨੀ ਇਲੈਕਸ਼ਨਸ ਹੋਈ ਲੋਕ ਹੱਥ ਜੋੜ ਕੇ ਖੜੇ ਹੋਤੇ ਤੇ ਕੈਂਡੀਡੇਟ ਆਤਾ ਤਾਂ ਕੋਈ ਸਵਾਲ ਨਹੀਂ ਕਰਤਾ ਥਾ, ਇਹ ਪਹਿਲੀ ਵਾਰ ਹੋਇਆ ਹੈ ਕਿ ਲੋਕ ਸਵਾਲ ਕਰਨੇ ਲੱਗੇ ਹੈ, ਔਰ ਇਸਕਾ ਕ੍ਰੈਡਿਟ ਕਿਸਾਨ ਮੋਰਚੇ ਕੋ ਜਾਤਾ ਹੈ ਕਿ ਹਮਨੇ ਲੋਕੋ ਕੋ ਜ਼ਮਾਨਤ ਦੀ ਹੈ, ਲੋਕ ਸਵਾਲ ਕਰਨੇ ਲੱਗੇ ਹੈ, ਔਰ ਡੈਮੋਕ੍ਰੇਸੀ ਮੇਂ ਇਹ ਹੈਲਦੀ ਟ੍ਰੈਂਡ ਹੈ। ਇੱਕ ਤੁਹਾਡੇ ਮਾਧਵ ਨਾਲ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਜਿੱਥੇ ਸਵਾਲ ਕਰਨ ਸਾਡੇ ਕਿਸਾਨ, ਸਾਡੇ ਜਿਹੜੇ ਟੀਚਰਸ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਹਰ ਤਰ੍ਹਾਂ ਦਾ ਵਰਗ ਜਿਨ੍ਹਾਂ ਨੂੰ ਉਹਨਾਂ ਦੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ, ਉਹ ਸ਼ਾਂਤਮਈ ਤਰੀਕੇ ਨਾਲ ਕਰਨ, ਇਹ ਵੀ ਤੁਹਾਡੇ ਮਾਧਵ ਜੀ ਕਰਨਾ ਚਾਹੁੰਦੇ ਹਾਂ ਵੀ ਡਿਬੇਟ ਲੈਵਲ ਤੇ ਕਰਨ ਵੀ ਜਿੱਥੇ ਕੋਈ ਵੀ ਪੋਲੀਟੀਕਲ ਪਾਰਟੀ ਨੂੰ ਇਹ ਬਹਾਨਾ ਨਾ ਮਿਲੇ ਵੀ ਇਹ ਖਰੂਦੀ ਨੇ, ਉੱਥੇ ਬੈਠ ਕੇ ਉਹਨਾਂ ਨੂੰ ਜਿਹੜੇ ਖੜੇ ਨੇ ਆਪਣੇ ਨੁਮਾਇੰਦੇ ਉਹਨਾਂ ਨੂੰ ਵੀ ਚਾਹੀਦਾ ਵੀ ਬੈਠ ਕੇ ਉਹਨਾਂ ਦੀ ਗੱਲ ਡਿਬੇਟ ਲੈਵਲ ਦੇ ਉੱਤੇ ਸੁਣ ਲੈਣ ਤਾਂ ਮਸਲਾ ਖਤਮ ਹੈ। ਜੇ ਉਹਨਾਂ ਦਾ ਆਂਸਰ ਦੇ ਦੇਣਗੇ ਠੀਕ ਹੈ, ਜੇ ਨਹੀਂ ਆਂਸਰ ਦੇ ਸਕਣਗੇ ਲੋਕਾਂ ਸਾਹਮਣੇ ਉਹ ਸਾਫ਼ ਹੋ ਜਾਵੇ।